ਤਾਂ ਮੇਰੇ ਸਲੇ ਕੇ ਮੁੱਛਾਂ ਨੂੰ ਮਰੋੜੀ ਜਾ, ਇਹਨਾਂ ਨੂੰ ਮੈਂ ਦਾਤੀ ਨਾਲ ਵੱਢ ਦਿਆਂਗਾ। ਮੇਰੇ ਸਲੇ ਕੇ ਕਣਕਾਂ ਕਾ ਹਾਲ ਤੋਂ ਦੇਖ ਲੈ, ਲੰਬੀਆਂ ਪਾਤੀਆਂ ਰੱਬ ਨੇ। ਉਹ ਹੁਣ ਕੇ ਕਹੀਏ ਰੱਬ ਨੂੰ, ਰੱਬ ਨੂੰ ਕਿਹੜਾ ਦਿਖਾ, ਪੱਕੀਆਂ ਕਣਕਾਂ 'ਤੇ ਮੀਂਹ ਪਾ ਦੀਆ, ਪਾਉਣਾ ਹੋਵਾ ਤੋਂ ਪਹਿਲਾਂ ਪਾ ਲਾ, ਆਹ ਹੁਣ ਪੱਕੀਆਂ ਕਣਕਾਂ 'ਤੇ ਜ਼ਰੂਰ ਪਾਵਾ। ਉਹ ਚੱਲ ਮੇਰੇ ਸਲੇ ਕੇ, ਇਸ ਤਰ੍ਹਾਂ ਕਰ, ਜਾਂ ਪੱਲੀ ਲੈ ਕੇ ਆ, ਆਹ ਆਪਣੇ ਕੱਖਾਂ ਨੂੰ ਕੀ ਕੱਛਮਾਂ ਲੈ ਕੇ ਜਾਵਾਂਗਾ। ਕੱਛਮਾਂ ਕਿਉਂ ਲੈ ਕੇ ਜਾਊਂਗਾ, ਜੋ ਤੇਰੇ ਬੁੜੇ ਨੇ ਹੱਥ ਦੀਏ ਨਾ, ਇਨਮਾਂ ਲੈ ਕੇ ਜਾਊਂਗਾ। ਅੱਛਾ, ਤਾਂ ਵੀ ਮੇਰੇ ਬੁੜੇ ਕਿਉਂ ਗਲਤੀ ਆ, ਉਹ ਤਾਂ ਵਗ ਜਾ ਰਹਾ, ਮੈਂ ਤਾਂ ਢੂਖਣੇ ਮਾਂ ਨਾ ਖਾ ਲਈ, ਫਿਰ ਆਪਣੀ ਵਾਰੀ ਮਾਂ ਰੋਏਗਾ, ਸਾਲੇ ਕਾ ਸਲਗਮ ਮਾਰਾਂਗਾ ਮੱਥੇ ਮਾਂ, ਮੇਰੇ ਸਾਲੇ ਕਾ, ਨਾਲੇ ਉਹ ਤਾਂ ਬੀੜੀ ਆ, ਜੇ ਤੂੰ ਮੇਰੇ ਗੈਲ ਕੰਮ ਕਰਵਾਵੇਂਗਾ ਤਾਂ ਮੈਂ ਤੇਰੇ ਗੈਲ ਕਰਵਾ ਦਿਆਂਗਾ, ਨਹੀਂ ਫਿਰ ਮੰਨੇ ਵੀ ਠੇਕਾ ਨਹੀਂ ਲਿਆ। ਉਹ ਜਾ ਰਿਹਾ ਰਹਿ, ਉਹੀ ਤਪੈ ਰਹਾਂ, ਲਿਆਉਣਾ ਚੱਕ ਕੇ ਪੱਲੀਆਂ। ਚਾਹ ਦੋ ਮੇਰੇ ਸਾਲੇ ਕੇ ਬਹੁਤ ਬੜੇ ਹੋ ਗਏ, ਕਣਕਾਂ ਕਾ ਦੇਖ ਲਓ, ਰੱਬਾ ਕੇ ਹਾਲ ਕਰਦੀ ਆ। ਲੈ ਚੱਕ ਰਹਿ, ਆਪਾਂ ਤੁਹਾਨੂੰ ਇਹ ਬੇਕਾਰ ਕੀ ਜ਼ਿੰਦਗੀ ਜੀ ਰਹੇ ਹਾਂ, ਲੋਕ ਨਾ ਚੰਦ ਪੇ ਪਹੁੰਚ ਗਏ। ਕਿਹੜਾ ਤੇਰਾ ਭਾਪਾ ਪਹੁੰਚ ਗਿਆ ਚੰਦ ਪਾ, ਸਾਰਾ ਦਿਨ ਨਾ ਬਕਵਾਸ ਕਰਦਾ ਰਹਿ, ਕਦੀ ਮੇਰੀ ਗੱਲ ਵੀ ਸੁਣ ਲਈ ਕਰ। ਕੀ ਗੱਲ ਸੁਣਾ ਰਹਿ, ਮੈਂ ਨਹੀਂ ਸੁਣਦਾ ਤੇਰੀ ਗੱਲ, ਮੈਂ ਵੀ ਨਾ ਤੇਰੇ ਗੱਲ ਇਕੱਲੀਆਂ ਪੰਡਾਂ ਬਣਾਇਆ ਕਰਾਂਗਾ, ਮੰਨੇ ਵੀ ਠੇਕਾ ਨਹੀਂ ਲਿਆ ਹੁਣ ਤੇਰੇ ਗੱਲ ਕੱਖ ਵਢਾਉਣ ਕਾ। ਉਹ ਚੰਗਾ ਗੁਰੂ, ਵੜਾ ਦੇਣਾ ਕੱਖ ਤੇਰੇ ਗੱਲ, ਇਬ ਆਪਣੀ ਬੁੜੀ ਵਾਸਤੇ ਬੜਾ ਮੰਗਾ, ਜਿਹਨਾਂ ਵਾਸਤੇ ਵੱਢਣੇ ਤੇ ਉਹਨਾਂ ਵਾਸਤੇ ਤਾਂ ਬੜਾ ਲਈਏ। ਮੇਰੀ ਬਾਤ ਸੁਣ ਲੈ, ਮੇਰੀ ਬੁੜੀ ਭਾਣਾ ਜਾ, ਸਾਲੇ ਨੂੰ ਇਤਰੀ ਪੈਂਟਾ ਗਾ। ਅੱਛਾ ਫੈਂਟੀ ਫੈਂਟੀ, ਮੈਂ ਦੁੱਧਾਂ ਕੋਈ ਫੈਂਟ ਨੂੰ ਜਿਹੜਾ ਤੂੰ ਮੈਨੂੰ ਫੈਂਟੇਗਾ, ਖੜਾ ਹੋਈ। ਹਾਂ ਦੱਸ ਕੇ ਹਵਾ ਕਰਾ ਰਹਿ, ਤਾਂ ਰਹਿਣ ਦੇ ਜੱਗੀ, ਮੈਂ ਥਪੜਾ ਮਾਰਾਂਗਾ। ਥਪੜਾ ਮਾਰੀ, ਥਪੜਾ ਕੀ ਕਰੇਗਾ ਰਹਿ, ਉਹ ਤੋਂ ਰਹਿਣ ਦੇ, ਕੇ ਰਹਿਣ ਦੇ, ਰਹਿਣ ਦੇ ਵੇ। ਅੱਛਾ ਚੰਗਾ, ਇਵ ਨਹੀਂ ਮਾਰਾਂਗਾ ਤੈਨੂੰ, ਅਜਾ ਵਢਾ ਦੇ ਮੇਰੇ ਗੱਲ ਕੱਖ, ਕੋਈ ਨਹੀਂ ਇਵ ਨਹੀਂ ਤੈਨੂੰ ਮੈਂ ਕੁਛ ਕਹਾਂਗਾ, ਆਜਾ ਆਜਾ। ਮੈਂ ਤਾਂ ਤੈਨੂੰ ਪਹਿਲੀ ਕਹਿ ਰਿਹਾ ਤਾ, ਤਾਂ ਹੀ ਕਹਿ ਰਿਹਾ ਤਾ ਕਿ ਹਵਾ ਕਰ ਰਿਹਾ। ਆਜਾ ਆਜਾ, ਇਵ ਨਹੀਂ ਮਾਰਾਂਗਾ ਤੈਨੂੰ, ਆਜਾ। ਓਏ ਤਾਂ ਮੈਨੂੰ ਨਿਊ ਦੱਸ ਵੀ ਤੇਰੇ ਪਾ ਮਾਲ ਹੈਗਾ। ਮਾਲ ਕਿੱਥੇ ਯਾਰ, ਮਾਲ ਤੋਂ ਦਾਰੇ ਪਾਤੇ ਲੈਣਾ। ਨਿਊ ਦੱਸ ਮੈਨੂੰ ਤੂੰ, ਤਾਂ ਤੈਂ ਗੈਲ ਕੇ ਪਿੰਡ ਕੀ ਚਮਕੌਰੋ ਦੇਖੀ ਆ, ਕਿਹੜੀ ਚਮਕੌਰੋ ਰਹੇ, ਉਹ ਤੋਂ ਬਹੁਤ ਸੋਹਣੀ ਕੁੜੀ ਆ, ਇਤਰਾਂ ਕਰ ਤੂੰ ਮੇਰੇ ਗੈਲ ਚੱਲ, ਤੈਨੂੰ ਦਿਖਾਵਾਂਗਾ ਲਵੇ ਤਾਂ, ਪਤਾ ਤੇਰੇ ਬਾਈਪਾ ਜਾਣ ਛਿੜਕਾ ਤੇਰੇ ਪਾ ਮਰਾ ਹੋ। ਹਾਂ ਚੱਲ ਫਿਰ ਦਿਖਾ ਕੇ ਲਿਆ, ਕੱਖ ਫੇਰੇ ਵੱਢ ਲਾਂਗੇ। ਫਿਰ ਇਤਰਾਂ ਦੱਸ ਮੈਨੂੰ, ਨਾ ਕੀ ਚੱਲਾਂ ਕਿ ਇਤਰੀ ਚੱਲੀਏ। ਉਹ ਮੇਰੇ ਸਲੇ ਕੇ, ਜਬ ਕੁੜੀ ਨੂੰ ਮਿਲਣ ਜਹਾ, ਨਾ ਕੇ ਜਹਾ, ਤੇਰੇ ਮੈਂ ਤਾਂ ਪਹਿਲੀ ਬਦਬੋ ਆਵਾ। ਓਏ ਟਾਉ ਲੈ ਤਾਂ ਆਇਆ ਦੂਸਰੇ ਪਿੰਡ ਮਾਂ, ਮੇਰੇ ਸਾਲੇ ਕੇ ਚਿੱਤੜ ਨਾ ਕਟਾ ਦੀ। ਉਹ ਯਾਰ ਕਿਉਂ ਫਿਕਰ ਕਰਾਂ, ਉਹ ਜਾਣਾ ਮੈਨੂੰ, ਬਹੁਤ ਪਿਆਰ ਕਰਾਂ ਮੈਨੂੰ, ਯੋਹੀ ਆ ਨਾ। ਕੰਜਰ ਦਾ ਪੁੱਤ ਇੱਥੇ ਕੀ ਕਰਦਾ ਪਿਆ, ਜੇ ਬੇਬੇ ਨੇ ਦੇਖ ਲਿਆ ਨਾ ਮੈਨੂੰ, ਮੇਰੀ ਤਾਂ ਗਰਦ ਨਹੀਂ ਵੱਢਦੀ। ਬੇਬੇ ਬਾਕੀ ਦਾ ਨਾ ਕੱਲ੍ਹ ਨੂੰ ਪੱਥ ਲਾਂਗੇ, ਆਪਾਂ ਚੱਲਦੇ। ਨਹੀਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਵੀ ਰੋਜ਼ ਰੋਜ਼ ਕੀ ਹੋਇਆ ਗੋਹਾ ਪੱਥਣ ਨੂੰ, ਹੋਇਆ 5-7 ਦਿਨ ਬਾਅਦ ਇਕੱਠਾ ਕਰਕੇ ਪੱਥ ਜਾ ਕਰਾਂਗੇ। ਬੇਬੇ ਮੈਂ ਤਾਂ ਕਹਿੰਦੀ ਸੀ ਵੀ ਨਾਲ ਦੀ ਨਾਲ ਕਰਦੇ ਰਹੀਏ ਤਾਂ ਚੰਗਾ ਰਹਿੰਦਾ ਆ, ਕੰਮ ਨਿਬੜ ਜਾਂਦਾ ਨਾ, ਪਰ ਹੁਣ ਮੇਰੇ ਤੋਂ ਨਹੀਂ ਹੋ ਰਿਹਾ, ਧੁੱਪ ਬਹੁਤ ਆ, ਚੱਲੀਏ ਕਰ। ਹੁਣ ਇੰਨੀ ਕਾਲੀ ਕਾਹਤੋਂ ਕਰਦੀ ਹੈ, ਮੈਨੂੰ ਹੱਥਾਂ ਧੋ ਲੈਣ ਦੇ। ਉਹ ਘਰੇ ਜਾ ਕੇ ਧੋ ਲਈ ਬੇਬੇ, ਧੁੱਪ ਦੇਖ ਕਿੰਨੀ ਆ। ਆਹ ਦੇਖ ਤੋੜਤੀ ਨਾ ਬੁੜੀ ਘਰ ਨੂੰ, ਤੈਨੂੰ ਕਹਾ ਤੇ ਨਾ ਮੈਨੂੰ ਬਹੁਤ ਪਿਆਰ ਕਰਾ, ਜਾਣ ਛਿੜਕਾ ਤੇਰੀ ਬਾਈ ਪਾ। ਚੱਲ ਇਸ ਤਰ੍ਹਾਂ ਕਰ, ਮੈਂ ਇੱਥੇ ਖੜਾ, ਤੂੰ ਜਾ ਮਿਲਾ। ਉਹ ਤੇਰੀ ਭੈਣ ਨੂੰ, ਯੂ ਤੋ ਗੈਲੇ ਹੋਲੀ ਬੁੜੀ ਕੇ, ਚੱਲ ਇਸ ਤਰ੍ਹਾਂ ਕਰ ਮੇਰੇ ਨਾਲ। ਉਹ ਯੂ ਤੋ ਪਿੰਡ ਨੂੰ ਜਾ ਰਹੀ ਹਾਂ, ਜੇ ਨਾ ਕਿਸੇ ਪਿੰਡ ਵਾਲੇ ਨੇ ਦੇਖ ਲਿਆ ਨਾ ਤੇਰੀ ਚਿੱਤੜ ਚਿੱਤੜ ਛੰਗਣਗੇ। ਕਿਉਂ ਮੇਰੇ ਇਕੱਲੇ ਕੇ ਕਿਉਂ ਛੰਗਣ ਗਏ, ਤਾਂ ਕਿੱਥੇ ਜਾ ਰਿਹਾ ਰਹੇ? ਮੈਂ ਤਾਂ ਭੱਜੂੰਗਾ। ਅੱਛਾ ਨਾ, ਉੱਥੇ ਸਾਈਡ 'ਤੇ ਹੋ ਕੇ ਖੜ੍ਹ ਜਾ ਥੋੜ੍ਹਾ ਜਿਹਾ, ਯਾਰ ਨਹੀਂ ਗਾ ਮੇਰਾ ਤੂੰ। ਯਾਰ ਹਾਂ, ਕਿਉਂ ਟੈਨਸ਼ਨ ਲਈ, ਐਂ ਤਾਂ ਗਰਦਨ ਵੜਵਾ ਲਾਂਗਾ ਤੇਰਾ ਭਾਈ ਤੇਰੇ ਪਿੱਛੇ। ਜੋ ਚਮਕੌਰ ਮਾਂ ਤਾਂ ਮੁਸਕਾ ਵਾ, ਇਹ ਸੋਹਣੀ ਤੋਂ ਦੇਖ ਕਿਤਨੀ ਹੈ, ਇਹੀ ਜਿਹੀ ਤਾਂ ਮੁਸ਼ਕ ਵੀ ਚੱਲ ਜਾ ਕੁੜੀ ਕੀ। ਬੇ ਕੌਣ ਹੋ ਭਾਈ ਤੁਸੀਂ, ਸਾਡੇ ਪਿੱਛੇ ਪਿੱਛੇ ਕਾਹਤੋਂ ਆਈ ਜਾਂਦੇ ਹੋ?
ओ माई मेरी इवे मेजर का पिंड थारे अगे आ, हम थारे गैल गैल आवेंगे, हैं थमें पीछे हो जाओ हम अगे हो जा, इतना कर ला। जाओ जाओ आहो ठीक है तुसी जाओ। जे इथे तक आई गया है तो चल कर चाह पी के जाए। ना बापू इव तो आ तो गया, इव मैं क्या करांगा नाल आके, इव तू ही ले जाना उन्हें। साऊ मुंडा सी जिहड़ा थानू इत्थे तक छड्डन आ गया। ताही बेचारे नूं समान नूं लाता थी तू। कोई गलतियां बंदियां ते ही हुंदियां है। ओए मैं तां थानू देखण आ रहा सी भी इन्ना टाइम हो गया भी आईयां नहीं घर नूं। लै सानू देखण आया सवा चाह नूं भुखा मरदा होना, दस दा टाइम हो गया, चलनी कुड़ी आ छेती आ जा। दस सारी दिहाड़ी मच्छी हो रही है, मच्छी हो रही है। पैनका यारी बनाएगा मेरी रेल। तेनू मुंह कर रहा है मेरे सड़े के, वह बुढ़ा कौन तर है? उसने मैं गर्दन माते फड़ के चक दिया था, मेरे सड़े के डेले बाहर कट दिए थे उसने मेरे। कौन था? शांत शांत, ओ तो उसका बुढ़ा था। किसका बुढ़ा? चमकोरो का। ओ सड़े तो ताही भज्या था है ना, ओए वो बुढ़ा बहुत गब्बा था, ओए वो तो सड़े गदार तो मैनू छड़ के भज गया। मेरे सड़ के मैनू तो दस देंदा, मैं भी खेतों खेत हो लैंदा। उसने दसण का कित्थे टाइम दिया? चल मेरे सड़ के पंडा भर ला, मेरे सड़ के अपने तो डंगर भी भुखे मारते, किन्ना कबेड़ा कर दिया। छड्डा बातों, अज नहीं तेरे बाई नू नींद आउंदी, अज तो मैं चमकोरो देख ली। ओ मेरे सड़ के बड़े रांझे, तेरे माते मुस्क मारा। ओ चल दोबारा ना लांगा यार। ओ तेरे माता मारी मारा, ओ तेरी हीर माते भी मारा। पैर कब सुगली रहा? जब सड़े हाण के कोल की लिखा था ना डांट मारा थी गोहे की। ओ हाँ हाँ, वो तो उन्होंने खासियां मजिया रखे हुए। ओ इन्नी कु मुश्किल चला इश्क मां नाले, ना मैं कल कल ही मिलने जाऊँगा चमकोरो नू, ना जाई तो इबी सोच रहे मैं तेरे गैल जावांगा। मेरे सड़े के गदार, मैं तो हैरानी होबा कि कितना लड़ू यार बनाया मैं, ना मेरे सड़े का मैनू कुछ खवावा ना मैनू किसी की। किसकी क्या रे? कुछ नहीं, चल छड्ड बातां नू, मेरी गल सुन। अज शाम नू घरे आ जी, बापू ने घर की कड़ी हुई है, तेरे पिलाऊंगा दो पैग। दो पैग नहीं मेरे साले के, मैं तो पूरी गड़ भी पीवांगा। चल पंड पचका मैं ना मेरे साले के, चक पंड पंड चका पंड। ओ तो मेरे साले के खादरीए मेरी बात सुन ले, ना तो तू बोली सही बोला, ना तो तू खादरी वाली बोली बोला, ना तू भलाइए बना, तू मेरे साले के बोली सही बोलिया कर, लोग साले मजाक करा मनू। ओ तो यहाँ चक्कर पड़ गया, मेरी बीबी थी तेरे भांगर मां की, मेरा पापा था राजगढ़ का, वो बोली ना आ हो गया कट्ठा जा हो गया कम यार, उदे करके मैनू समझ नहीं आवा मैं मारे तारे बोला का अपने वाली बोला। आजा जा रे, आ गया। सौ गया तेरा बड़ा? सौ गया, वो तो दो पैग लाके सो गया, इवें पूरी रात उठा। चल फिर भी लेके आ, मैं लेके आवांगा। के मतलब आ रहा तेरा, टाइम नु पसाण वास्ते रखा होया मेरे सड़े का? मेरी बात तो सुन, तू अंदर ते लेके आ दारू, एडे में दाल पानी का प्रबंध करा। दाल पानी के प्रबंध नु सड़े कुड़ी का ब्याह कर रहा है तो? चल गड़ भी लेके आ, मैं लेके आवा, देखा तेरे मुड़े नु कितना सोआ। ओ तेरी सोआ जिवें आम सोआ, मैं लेके आया गड़बी। जा
बापू तो सुता नहीं पिया था प्या तो सुता ही काका तू इत कि पुछ गया बापू मैं तो अमरीका मुंडा मेरे बापू नू दौरे पवा बापू कहा दारू ले आ मैं दारू लेने थारे घर आया था थारा मुंडा कहना उपर च बारे मैं तो आपे लिया तो मैं आप ही आके दारू पान लग गया बीपी मैं तो खड़ा होके आ गया है गड़बी भरी थी मैंने तो माड़ी जी को यह जे कि दारू ने वो जो दारू न ठीक होंगे ने अंग पैर नहीं खड़ते हाँ हाँ खड़ा वो भी खड़ा वो ए कर फिर तेरा दारू ना नहीं सारना आ फट दारू मैं तेन एक होर चीज दिना लिया फिर फीम तेरे बुढ़े न खवा दी देखी कि मैं भजया फिरू ना इधर बीबी नु चाहिए हुई वह भी दस दी मेरे साले कल उच्चा बुढ़ा तेरे गल चंगी बनी रह अज पहला सवेरे सवेरे तो तेन चमकोर हो गए पूरे चक लिया आ हूँ मेरे वाले बड़े ने चक लेना था साले घरे देख के जाएगा तो जाना तेरे वाला बड़ा चक ले मेरे साले के तेरे माँ तो दम नहीं है वो मैं तो चमकौरों का सोचा वो के सोचा कि तेरे बारे में कि कैसा आया मेरा आशक ओ मेरे साले के तेरे माँ तो तेरे घर माते कोई चीज चकन का दम नहीं है मैं देख ला तेरे बापू का कितना बुद्धू ला के आया चंगा रे कल ना तेरा बाई चमकौरों मिलने जाऊगा उसके बाद मक्कड़ कह रहा था कि शाम ना फिल्म लावे वी शर्मा आई नवी आई आ जट पे जमीन करे बहुत सोनी मेरे साले के खादरीए जट ते जमीन हुआ चल जो भी हाँ मेरा तो आप बहुत मन करा फिल्म देखण का नाले ना मैं न्यू सलाह करिया कि मैं ना चमकोरों एक बार सलमावा फिल्म दिखा के लियाऊंगा ये हो गया ओ मेरे साले के रुपये तो तेरी जेब में ढाई नहीं हुआ फिल्म में दिखावगा वो भी तो सलमावा फिल्म तो जट दिखा के छो चाहे मैं अपना आप बेचना पै जे की सोच रहे रे ओ मैं तो न्यू सोचा कि तेन भैन का यार खरीदेगा कि सोची नहीं रे चल पेक बना दे मेरे साले के मैं जावा घर नू मेरे साले के इमा पानी भी फूक ले ਤਿੱਪੇ ਗੱਲ ਦੱਸ ਜਦੋਂ ਕੱਲ ਮੈਂ ਤੇ ਮੇਰੀ ਬੇਬੇ ਪਿੰਡ ਵੱਲ ਨੂੰ ਜਾ ਰਹੀਆਂ ਸੀ ਤੂੰ ਕੀ ਸਾਡੇ ਪਿੱਛੇ ਗੂੰ ਖਾਣ ਆ ਰਿਹਾ ਸੀ ਚੰਦਰੀਏ ਤੋਂ ਪਹਿਲੀ ਚੱਜ ਹਾਲ ਕੀ ਨੇਗੀ
ਘੱਟੋ ਘੱਟ ਬਾਤਾਂ ਤਾਂ ਚੱਜ ਦੀ ਕਰ ਲੈ ਕਰ। ਜਾਵੇ ਡਰਪੋਕਲ, ਮੈਨੂੰ ਪਤਾ ਮੇਰੇ ਬਾਪੂ ਨੂੰ ਵੇਖ ਕੇ ਕਿਵੇਂ ਮੁਰਗੇ ਵਾਂਗੂ ਭੱਜਦਾ ਸੀ। ਭੱਜਣਾ ਜੀ, ਹੋਰ ਤੇਰਾ ਬਾਪੂ ਤੋਂ ਡਾਂਗਾ ਖਾਣੀ ਦੀ, ਡਾਂਗ ਮਾਰ ਕੇ ਤੇਰਾ ਬਾਪੂ ਸਿਰ ਪਾੜ ਦਿੰਦਾ ਮੇਰਾ। ਮੇਰੀ ਗੱਲ ਸੁਣ, ਕੱਲ ਤੇਰੇ ਨਾਲ ਮੁੰਡਾ ਕੌਣ ਸੀ ਤੂਤ ਦੀ ਛੱਟੀ ਵਰਗਾ? ਓ ਆਉ ਤਾਂ ਮੇਰਾ ਜਿਗਰੀ ਯਾਰ ਏ, ਸਾਰੇ ਪਿੰਡ ਚੋਂ ਪੱਕਾ ਯਾਰ ਆ ਉਹ ਮੇਰਾ। ਹੁਸਨ ਤਾਂ ਵਿਚਾਰੇ ਪਏ ਮੇਰੇ ਨਾਲ ਘੱਟ ਹੀ ਏ, ਪਰ ਆਪਾਂ ਹੁਸਨ ਦੇਖ ਕੇ ਯਾਰੀ ਥੋੜੀ ਰਹਾ, ਯਾਰੀ ਤੋਂ ਯਾਰੀ ਹੋਵਾ। ਜਾਵੇ ਬੁੱਜੜਾ, ਮੇਰੀ ਗੱਲ ਸੁਣੀ ਵੀਰੇ। ਉਹ ਤੇਰਾ ਦਿਮਾਗ ਸੈੱਟ ਆ, ਯੋ ਕੀ ਬੋਲੀ ਜਾ ਰਹੀ ਆ ਤੂੰ? ਤੂੰ ਮੈਨੂੰ ਭਾਈ ਬਣਾ ਲਿਆ। ਦੇਖ ਮੈਨੂੰ ਨਾ ਉਹ ਮੁੰਡਾ ਬਾਲਾ ਹੀ ਚੰਗਾ ਲੱਗਿਆ, ਤੂੰ ਇੱਕ ਵਾਰੀ ਮੈਨੂੰ ਉਹਦੇ ਨਾਲ ਮਿਲਵਾ ਦੇ ਨਾ। ਤੂੰ ਦੱਸ ਉਸ ਕੰਜਰ ਨੇ ਤੇਰੇ ਪਰ ਕਿਹੜਾ ਜਾਲ ਪਾਇਆ ਜਿਹੜਾ ਤੂੰ ਉਸ ਪਰ ਇੰਨਾ ਮਰ ਮਿੱਟੀ? ਨਾ ਤੈਨੂੰ ਮੇਰਾ ਪਿਆਰ ਨਹੀਂ ਦਿਖਿਆ ਜਿੰਦਰੀਏ, ਮੈਂ ਤੈਨੂੰ ਇੰਨੇ ਨੇ ਟੋਕਰੇ ਬਣਾ ਬਣਾ ਦਿੱਤੇ। ਇਹ ਪਿਆਰ ਤਾਂ ਦਿਸਦਾ ਪਰ ਭਾਈ ਵਾਲਾ। ਜੇ ਤੂੰ ਮੇਰੀ ਉਹਦੇ ਨਾਲ ਗੱਲ ਕਰਾਈ ਨਾ, ਮੈਂ ਨਾ ਤੈਨੂੰ ਖੋਏ ਦੀ ਬਰਫੀ ਖਵਾਉ। ਉਹ ਖੋਹਾ ਛੱਡ, ਮੈਂ ਸਾਰੀ ਜ਼ਿੰਦਗੀ ਤੇਰੇ ਪਿੱਛੇ ਗੋਹਾ ਵੀ ਖਾ ਲੈਂਦਾ, ਪਰ ਜੋ ਬਾਤ ਤੈਨੇ ਅੱਜ ਕਰੀ ਆ ਨਾ, ਇਹ ਸਾਰੀ ਜ਼ਿੰਦਗੀ ਨੂੰ ਮੈਂ ਭੁੱਲਦਾ। ਇਹ ਬਾਤ ਸਾਰੀ ਜ਼ਿੰਦਗੀ ਮੇਰੇ ਦਿਲ ਮੇ ਵੱਜਦੀ ਰਹੇਗੀ। ਚੱਕ ਚੱਲੀ ਅਬ ਮਰਲੀ ਵਿਧੀ ਪਿਆ, ਆਪਣੇ ਆੜੀ ਨਾਲ ਗੱਲ ਕਰਨੀ ਨਾ ਭੁੱਲੀ ਵੀਰ ਬਣ ਕੇ। ਤੂੰ ਇੱਥੋਂ ਲੰਘ ਜਾ, ਮੈਂ ਪਾਥੀ ਮਾਰ ਕੇ ਨਾ ਸਿਰ ਪਾੜ ਦਾਂਗਾ। ਜੋ ਬਾਤ ਤੈਨੇ ਅੱਜ ਕਰਕੇ ਨਾ ਚਮਕੌਰ ਮੇਰਾ ਦਿਲ ਤੋੜ ਦਿਆ। ਮੇਰੇ ਵਾਹਿਗੁਰੂ, ਅੱਜ ਲਾਈਟ ਨਾ ਵੱਜੇ, ਫਿਲਮ ਦੇਖਣੀ ਆ। ਉਹ ਕਿਉਂ ਫਿਕਰ ਕਰਦਾ ਮੱਖਣੇ ਯਾਰ, ਤਿੰਨ ਚਾਰ ਦਿਨ ਹੋ ਗਏ ਹੁਣ ਤੱਕ ਤਾਂ ਭੱਜੀ ਨਹੀਂ ਭੱਜਦੀ ਲਾਈਟ। ਜੇ ਬਈ ਤਿੰਨ ਚਾਰ ਦਿਨ ਹੋ ਗਏ ਫਿਰ ਨਾਲੀ ਪੱਕੀ ਭੱਜੂ, ਮੇਰੇ 5 ਰੁਪਏ ਤਾਂ ਹਾਲੇ ਐਂ ਖੂਹ ਖਾਤੇ ਜਾਣਗੇ। ਅਸਤੀ ਕਾਲੀ ਜਵਾਨ ਵਾਲੀ ਗੱਲ ਉਹੀ। ਓਏ ਹਾਂ ਸੱਚ, ਯਾਦ ਆਇਆ, ਸਾਲੇ ਉਹ 5-5 ਰੁਪਈਏ ਕੱਢੋ, ਤੁਹਾਡੇ ਫੱਫੜ ਨੂੰ ਕਿਰਾਇਆ ਦੇਣਾ ਹੁੰਦਾ। ਪਹਿਲੀ ਮੇਰੇ ਸਿਰ 40 ਰੁਪਏ ਦਾ ਆਧਾਰ ਖੜਾ ਬੀਸੀਆਰ ਵਾਲੇ ਦਾ। ਉਹ ਕਿਉਂ ਰੋਂਦਾ ਰਹਿਣਾ ਮੱਖਣ ਯਾਰ, ਆ ਫੜ 5 ਰੁਪਏ ਮੇਰੇ ਦੇ ਦੇਣਗੇ ਨਾਲੇ ਸਾਰੇ। ਉਹ ਫੜ ਓਏ, ਊਂ ਹੀ ਰੋਂਦਾ ਰਹੀ ਤੂੰ ਮੈਂ ਕੁਲਾ ਓਏ। ਫੜਾ ਤੂੰ ਮੇਰੇ ਅਰਦੀ ਪੇ ਗਿਆ ਜੋ 10 ਰੁਪਈਆ। ਠੀਕ ਆ ਓਏ, ਤੇਰੇ ਜੁੰਡੀ ਦੇ ਯਾਰ ਨੂੰ ਬੁਲਾ ਲਿਆ, ਹੁਣ ਜਾ ਕੇ ਫਿਲਮ ਲੰਘ ਜੂ। ਮੈਂ ਜਹਾ ਇਤਨੇ ਲਾ ਲਓ ਤੁਸੀਂ, ਜਾ ਆਪਣੇ ਪਿੰਡਾ ਯਾਰ ਵਧੀਆ ਚੱਲੂ। ਆਹੋ ਬਈ, ਕਿਰਾਇਆ ਤਾਂ 10 ਰੁਪਈਆ ਹੁੰਦਾ, ਬਾਕੀ ਤਾਂ ਜੇਬ ਚ ਪਾਉਣੇ ਹੁੰਦੇ ਨੇ। ਕੁਛ ਹੋਰ ਨਾ ਬੇਈਮਾਨੀ ਤਾਂ ਅੱਜ ਤੱਕ ਨੀ ਕਰੀ, ਜਾ ਲਿਆ ਕੇ ਦਿਖਾਈ ਬੀਸੀਆਰ 10 ਰੁਪਏ ਚ, ਅਗਲੇ ਨੇ ਦੁਕਾਨ ਤੇ ਵੀ ਨੀ ਖੜਨ ਦੇਣਾ ਤੈਨੂੰ, ਜਾ। ਤੂੰ ਕਿੱਥੇ ਮਰਿਆ ਤਰ? ਮਾਦਾ ਬਾਈ ਪੱਟਿਆ ਗਿਆ ਹੋਏ, ਮਾਦਾ ਪੱਟਿਆ ਗਿਆ ਹੋਏ, ਪੱਟਿਆ ਗਿਆ ਮੈਂ ਤਾਂ। ਉਹ ਬਾਈ ਤੇਰੇ ਭਾਈ ਨੂੰ ਭਾਈ ਕਹਿ ਗਈ ਹੋਏ ਚਮਕੌਰੋ, ਬਾਈ ਧੋਖਾ ਕਰ ਗਈ ਮੇਰੇ ਗੱਲ ਬਾਈ। ਉਹ ਤਾਂ ਹੋਵੇ ਉਹ ਚੱਲ ਵਧੀਆ, ਤਾਂ ਸੌਖਾ ਹੋ ਗਿਆ। ਸਾਰਾ ਦਿਨ ਉਸਨੂੰ ਪਾਥੀਆਂ ਪੱਥ ਪੱਥ ਦਈ ਜਾ ਤਾ, ਟੋਕਰੇ ਬਣਾ ਬਣਾ ਦਈ ਜਹਾ ਤਾ, ਕੀ ਮੁੱਲ ਪਾਇਆ ਤੇਰੇ ਪਿਆਰ ਕਾ ਉਸਨੇ? ਆਹ ਮੁੱਲ ਪਾਇਆ, ਕੱਲਾ ਕੱਲਾ ਪੀ ਆਇਆ ਦੇਖ ਲਾ, ਮੇਰੇ ਗੱਲ ਨੀ ਪੀਤੀ ਹੈ, ਯਾਰ ਮਾਰ ਕਰ ਗਿਆ ਨਾ ਆਪਣੇ ਭਾਈ ਗੱਲ। ਯਾਰ ਮਾਰਤਾ ਕਿੱਥੇ ਪੈ ਗਏ ਯਾਰ ਮੇਰੇ ਨਾਲ? ਉਹ ਤਾਂ ਤੇਰੇ ਪਾ ਮਰਾ ਵੇ, ਤੇਰੇ ਪਾ ਮਰਾ। ਕੌਣ ਮਰਾ ਮੇਰੇ ਪਾ? ਚਮਕੌਰ ਉਹ ਮੈਨੂੰ ਕਹਿੰਦੀ ਤੂਤ ਕੀ ਛੱਟੀ ਆ, ਤਾਂ ਕੌਣ ਤਾਂ ਤੇਰੇ ਗੱਲ। ਹੋਰ ਕੀ ਕਹਾ ਤੀ? ਜਦੋਂ ਕੋਈ ਇੱਕ ਵਾਰੀ ਮੈਨੂੰ ਮਿਲ ਕੇ ਜਾਵੇ, ਹੁਣ ਦੱਸ ਜੱਗੀ ਮੈਂ ਕੀ ਕਰੂ, ਮੈਂ ਕੀ ਕਰੂ? ਤਾਂ ਪਤਾ ਕੀ ਕਰ, ਚੱਟ ਤੇ ਜ਼ਮੀਨ ਚੱਲ ਰਹੀ ਹੈ ਅੰਦਰ ਬੀਸੀਆਰ ਪਾ, ਆ ਜਾਓ ਦੇਖਾ। ਓ ਬਈ
ਤੈਨੂੰ ਕੀ ਹੋ ਗਿਆ? ਬਈ ਆ ਤੇਰੇ ਖਦਰੀ ਯਾਰ ਨੂੰ ਕੀ ਹੋ ਗਿਆ? ਉਹ ਬਾਈ ਤੇਰੇ ਪੈ ਟਿੱਕਾ ਨਹੀਂ ਬੈਠ ਜਾਵਾ, ਤੂੰ ਸਾਹਮਣੇ ਫਿਲਮ ਦੇਖ ਲਈ, ਤੈਨੂੰ ਮੈਂ ਕੁਛ ਕਹਿ ਰਿਹਾ? ਮੇਰਾ ਮਨ ਬਹੁਤ ਖਰਾਬ ਆ ਜੀ। ਆ ਗਿਆ ਸਵਾਦ ਆ ਨੂੰ ਛੇੜਾ ਖਸ ਮੈਂ। ਕੌਣ ਮਰਾ ਮੇਰੇ ਪਾ? ਚੁੱਪ ਕਰੋ। ਉਹ ਮੈਨੂੰ ਕਹਿੰਦੇ ਤੂਤ ਕੀ ਛੱਟੀ ਜਾਂਦਾ, ਕੌਣ ਤਾਂ ਤੇਰੇ ਘਰ? ਸੋ ਹਾਂਜੀ, ਕਿੱਦਾਂ ਦਾ ਲੱਗਿਆ ਤੁਹਾਨੂੰ ਪਹਿਲਾ ਐਪੀਸੋਡ? ਉਮੀਦ ਕਰਦਾ ਵਧੀਆ ਲੱਗਿਆ ਹੋਊਗਾ, ਹਾਸੀ ਆਈ ਹੋਊਗੀ। ਜੇ ਹਾਸੀ ਆਈ ਆ ਤਾਂ ਸ਼ੇਅਰ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਾਮੇਡੀ ਕਨਸੈਪਟ ਕਿੱਦਾਂ ਦਾ ਲੱਗਿਆ, ਹੋਰ ਕਾਮੇਡੀ ਕਨਸੈਪਟ ਲੈ ਕੇ ਆਈਏ। ਅਗਲਾ ਐਪੀਸੋਡ ਵੀ ਬਾਕੀ ਆਇਆ ਇਸਦਾ, ਅਗਲੇ ਸ਼ੁੱਕਰਵਾਰ ਨੂੰ ਆਊਗਾ, ਪਰ ਉਸ ਤੋਂ ਪਹਿਲਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਕਮੈਂਟ ਕਰੋ, ਕਿਉਂਕਿ ਸਾਡੀ ਬਹੁਤ ਮਿਹਨਤ ਲੱਗਦੀ ਹੈ ਅਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਖਾਓ। ਹੁਣ ਅਸੀਂ ਰੈਗੂਲਰ ਹੋਏ ਹਾਂ, ਹੁਣ ਤੁਸੀਂ ਵੀ ਪਿਆਰ ਦਿਖਾਓ। ਸੋ ਜ਼ਿਆਦਾ ਤੋਂ ਜ਼ਿਆਦਾ ਬਸ ਸ਼ੇਅਰ ਕਰੋ। ਜਿਹੜੇ ਯੂਜ਼ਰ ਨਵੇਂ ਆਏ ਚੈਨਲ 'ਤੇ, ਉਹ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਚਿੱਟਾ ਬਟਨ ਆ ਪਤਾ ਨਹੀਂ ਕਾਲਾ, ਉਹਨੂੰ ਪ੍ਰੈਸ ਕਰਕੇ, ਅਤੇ ਫੇਸਬੁੱਕ 'ਤੇ ਜਿਹੜੇ ਵੀਡੀਓਜ਼ ਦੇਖ ਰਹੇ ਆ ਉਹ ਵੀ ਵੀਡੀਓਜ਼ ਨੂੰ ਪਿਆਰ ਦਿਓ, ਪੇਜ ਨੂੰ ਫੋਲੋ ਕਰ ਲਓ, ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਅਪਡੇਟ ਮਿਲਦੇ ਰਹਿੰਦੇ ਆ। ਸੋ ਸਾਰੇ ਪਾਸੇ ਤੱਕ ਪਾ ਕੇ ਰੱਖੋ, ਅਤੇ ਵੀਡੀਓ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ, ਕਮੈਂਟ, ਬਸ ਫਟ ਜਾ।